ਐਟ ਦਾ ਫੋਲੋਇੰਗ ਐਕਸਰਸਾਈਜ਼ ਨੰਬਰ 2 ਜੇ ਸੀ ਧਿਆਨ ਨਾਲ ਦੇਖੀਏ ਤਾਂ ਸਾਨੂੰ 2 ਅਪਨ 5 ਪਲੱਸ 4 ਦਿੱਤਾ ਹੈਗਾ ਵਨ ਫ੍ਰੈਕਸ਼ਨ ਜਿਹੜਾ ਹੈਗਾ ਉਹਦੇ ਨੀਚੇ ਡਿਨੋਮੀਨੇਟਰ 5 ਹੈ ਬਟ ਜਿਹੜਾ 4 ਹੈ ਇਟ ਮੀਨਸ ਇਹ ਹੁੰਦਾ ਹੈ ਕਿ ਇਹਦੇ ਨੀਚੇ 1 ਅਸੀਂ ਆਪਣੇ ਕੋਲੋਂ ਲਾ ਕੇ ਡਿਨੋਮੀਨੇਟਰ ਪੂਰਾ ਕਰ ਲੈਣਾ ਹੁੰਦਾ ਹੈ ਸੋ ਸੇਮ ਐਜ਼ ਐਕਸਰਸਾਈਜ਼ 1 ਵਾਂਗੂ ਬਣ ਗਿਆ ਕਿ ਇਹਦਾ ਡਿਨੋਮੀਨੇਟਰ 5 ਹੋਰ ਇਹਦਾ ਡਿਨੋਮੀਨੇਟਰ 1 ਆ ਗਿਆ ਡਿਫਰੈਂਟ ਡਿਨੋਮੀਨੇਟਰ ਆ ਗਏ ਸੋ ਉਹੀ ਪਹਿਲੇ ਵਾਂਗ ਕਿ ਐਲਸੀਐਮ ਆਫ ਡਿਨੋਮੀਨੇਟਰਸ 5 ਐਂਡ 1 ਦਾ ਅਸੀਂ ਐਲਸੀਐਮ ਲਵਾਂਗੇ ਬਾਏ ਡਿਵੀਜ਼ਨ ਮੈਥਡ ਇੱਕ ਵੰਦ ਸਾਡੇ ਕੋਲ ਹੈ ਹੀ ਹੈ 5 ਵਾਂਸ ਆ 5 ਆ ਗਿਆ ਸਾਡੇ ਕੋਲ ਹੁਣ ਦੇਖੋ ਇਹ ਓਨੀ ਦੇਰ ਤੱਕ ਆਪਾਂ ਕਰਨਾ ਹੁੰਦਾ ਜਿੰਨੀ ਦੇਰ ਤੱਕ 1 1 ਨਹੀਂ ਆ ਜਾਂਦਾ ਸੋ ਇਹ ਸਾਡੇ ਕੋਲ ਆ ਚੁੱਕਾ ਆ ਇਸ ਕਰਕੇ ਜਿਹੜਾ ਐਲਸੀਐਮ ਆ ਉਹ ਕੀ ਆਏਗਾ ਸਾਡੇ ਕੋਲ 5 ਠੀਕ ਹੈ ਓਨਲੀ 5 ਆ ਗਿਆ ਹੁਣ ਅਸੀਂ ਡਿਨੋਮੀਨੇਟਰਸ ਵੀ 5 ਹੀ ਬਣਾਣੇ ਆ ਦੇਖੋ ਇਹ 2 5 ਤਾਂ ਪਹਿਲਾਂ ਹੀ 5 ਆ ਜੇ ਤੁਸੀਂ ਇਸ ਤਰੀਕੇ ਨਾਲ ਰੱਖਣਾ ਇਸ ਤਰੀਕੇ ਨਾਲ ਰੱਖ ਸਕਦੇ ਜੇ ਕਰਨਾ ਹੈ ਅੱਗੇ ਤਾਂ ਤੁਸੀਂ ਇਸ ਤਰੀਕੇ ਨਾਲ ਕਰਨਾ ਕਿ ਐਲਸੀਐਮ ਜਿਹੜਾ ਸਾਡਾ 5 ਆਇਆ ਤੇ ਡਿਨੋਮੀਨੇਟਰ ਵੀ 5 ਹੋਵੇ ਇਸ ਕਰਕੇ 1 ਨਾ ਕਰ ਲੈਣੇ ਹੁੰਦੇ ਆ 5 1 ਦਾ 5 ਉੱਪਰ ਵੀ 1 ਨਾ ਕਰਾਂਗੇ 2 1 ਦਾ 2 ਜੇ ਤੁਸੀਂ ਨਾ ਵੀ ਕਰੋਗੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ 5 ਆਲਰੇਡੀ ਸਾਡੇ ਕੋਲ ਹੈ ਡਿਨੋਮੀਨੇਟਰ ਸੋ ਨੈਕਸਟ ਹੈਗਾ 4 ਅਪਨ 1 ਸੋ ਇਹਦਾ ਵੀ ਅਸੀਂ ਜਿੰਨਾ ਐਲਸੀਐਮ ਆਇਆ ਉਹ ਹੀ ਡਿਨੋਮੀਨੇਟਰ ਬਣਾਣਾ ਹੈ ਇਸ ਕਰਕੇ 1 ਨੂੰ ਅਸੀਂ 5 ਨਾਲ ਮਲਟੀਪਲਾਈ ਕਰਾਂਗੇ ਤਾਂ ਕਿ ਸਾਡੇ ਕੋਲ ਡਿਨੋਮੀਨੇਟਰ 5 ਬਣ ਜੇ ਉੱਪਰ ਵੀ ਅਸੀਂ 5 ਨਾਲ ਕਰਾਂਗੇ ਜਿਹਦੇ ਨਾਲ ਅਸੀਂ نیچے ਮਲਟੀਪਲਾਈ ਕੀਤਾ ਹੁੰਦਾ ਉਹਦੇ ਨਾਲ ਹੀ ਉੱਪਰ ਕਰਨਾ ਹੁੰਦਾ 5 4 20 ਸੋ ਦੇਖੋ ਹੁਣ ਜਿੰਨਾ ਜਿੰਨਾ ਸਾਡਾ ਐਲਸੀਐਮ ਸੀਗਾ ਉਨੇ-ਉਨੇ ਸਾਡੇ ਕੋਲ ਡਿਨੋਮੀਨੇਟਰ ਹੈਗੇ ਆ ਜਿੰਨਾ ਐਲਸੀਐਮ ਆਇਆ ਹੁੰਦਾ ਡਿਨੋਮੀਨੇਟਰਸ ਵੀ ਉਨੇ ਹੀ ਅਸੀਂ ਬਣਾਣੇ ਹੁੰਦੇ ਆ ਸੋ ਅਸੀਂ ਬਣਾ ਚੁੱਕੇ ਆ ਨਿਊਲੀ ਫ੍ਰੈਕਸ਼ਨ ਜਿਹੜੇ ਸਾਡੇ ਕੋਲ ਆ ਗਏ 2 5 20 5 ਇਹਨਾਂ ਦੇ ਡਿਨੋਮੀਨੇਟਰਸ ਲਾਈਕ ਹੋ ਚੁੱਕੇ ਆ ਇੱਕੋ ਜਿਹੇ ਹੋ ਚੁੱਕੇ ਆ ਸੋ ਡਿਨੋਮੀਨੇਟਰ ਨੂੰ ਅਸੀਂ ਐਡ ਨਹੀਂ ਕਰਦੇ ਉਹਨੂੰ ਅਸੀਂ ਇਸੇ ਤਰੀਕੇ ਨਾਲ ਲਿਖ ਲੈਣੇ ਆ 2 ਔਰ 20 ਨੂੰ ਅਸੀਂ ਐਡ ਕਰਾਂਗੇ ਸਾਡੇ ਕੋਲ 22 5 ਆਨਸਰ ਆ ਗਿਆ ਸੋ ਇਸੇ ਤਰੀਕੇ ਦੇ ਨਾਲ ਬਾਕੀ ਕਰਨੇ ਆ ਐਲਸੀਐਮ ਲੈ ਕੇ ਡਿਨੋਮੀਨੇਟਰ ਜਿੰਨਾ ਐਲਸੀਐਮ ਆਇਆ ਹੁੰਦਾ ਡਿਨੋਮੀਨੇਟਰਸ ਨੂੰ ਵੀ ਉਸੇ ਵਿੱਚ ਕਨਵਰਟ ਕਰਕੇ ਫਿਰ ਨਿਊਲੀ ਜਿਹੜੇ ਫ੍ਰੈਕਸ਼ਨ ਆਏ ਹੁੰਦੇ ਉਹਨਾਂ ਨੂੰ ਅਸੀਂ ਐਡ ਕਰਨਾ ਹੁੰਦਾ ਥੈਟਸ ਇਟ